जलंधर के नगर निगम विच ठेके उते काम करने वाले एक मुलाजम का 12 साल बेटा खेडन लई गया परंतु फिर वापस घर नहीं परतिया। लड़के के पिता ने पुलिस नूं इस संबंध विच शिकायत दर्ज करवाई है। पिता का कहना है कि उसका लड़का सोमवार तो लापता है। लड़के के पिता ने कुछ दिन पहला कुछ लड़कियां नाल झगड़ा होने बारे गल भी कही है। पुलिस वालों मामले की जांच जारी है। मैं नगर निगम की पार्क में जॉब करता 8 महीने तो सोमवार का मेरा बच्चा मिस होया वा। की नाम है बच्चे का? नाम की है सक्षम कुमार। अच्छा, कितने साल का है? 12 साल का है। अच्छा जी, मतलब कि अगे पिछे खेड के आ जाता हूँ सी। उस दिन 11 बजे तो बाद घर थले आया नहीं पार्क में, पार्क के बाहर ही मतलब पता नहीं कितने चल गया। तो अपना मैं पुलिस ने कंप्लेंट की इस मामले? हाँ जी, हाँ जी सर की है। तो की कहते हो? पुलिस ने मैं पूरा भरोसा दिता वा ਤੁਹਾਡਾ ਬੇਟਾ ਜਿੰਨੀ ਜਲਦੀ ਹੋਏਗਾ। ਤੇ ਕੋਈ ਝਗੜਾ ਝੁਗੜਾ ਤੇ ਨਹੀਂ ਬੱਚੇ ਦਾ ਹੋਇਆ ਸੀ ਕਿਸੇ ਨਾਲ? ਉਹ ਇਹ ਇੱਥੇ ਨਾ 2-3 ਮੁੰਡੇ ਅੱਜ ਤੋਂ 10 ਦਿਨ ਪਹਿਲੇ ਮਤਲਬ ਕਿ ਸਲੋਚਨ ਜੀ ਪੀ ਰਹੇ ਸੀ, ਉਹ ਨਸ਼ਾ ਨੁਸ਼ਾ ਜਿਹਾ ਕਰਦੇ ਸੀ ਅਤੇ ਉਹ ਮੇਰੇ ਬੇਟੇ ਨੂੰ ਮਾਰਦੇ ਪਏ ਸੀ। ਮੈਂ ਉਹਨਾਂ ਨੂੰ ਕੁਛ ਨਹੀਂ ਕਿਹਾ, ਮੈਂ ਆਪਣੇ ਬੱਚੇ ਨੂੰ ਲੈ ਕੇ ਮੈਂ ਥੱਲੇ ਭੇਜ ਦਿੱਤਾ ਸੀ। ਉਸ ਤੋਂ ਬਾਅਦ ਉਹ ਬੱਚੇ ਵੀ ਨਹੀਂ ਨਜ਼ਰ ਆਏ ਮੈਨੂੰ 3 ਜਣੇ। ਠੀਕ ਹੈ ਜੀ। ਅਤੇ ਉਹ ਆਉਂਦੇ ਜਾਂਦੇ ਰਹਿੰਦੇ ਇੱਥੇ, ਕਈ ਵਾਰੀ ਦੇਖੇ ਮੈਂ। ਇੰਨੀ ਇੰਨੀ ਉਮਰਾਂ ਦੇ? ਹਾਂ ਹਾਂ, ਇਹਦੇ ਜਿਹੜੇ ਵੱਡੇ ਹੈਗੇ ਸੀ ਕਾਜ਼ੀ ਮੰਡੀ ਵੱਲੋਂ ਆਉਂਦੇ ਹੁੰਦੇ ਰਾਤ ਦੇ ਟਾਈਮ। ਹੁਣ ਆਪਾਂ ਕੀ ਕਰਦੇ ਪਏ? ਆਪਣਾ ਕੀ ਪੁਲਿਸ ਦੇ ਸੀਸੀਟੀਵੀ ਕੈਮਰੇ ਦੇਖੇ ਆ? ਹਾਂਜੀ ਹਾਂਜੀ ਸਰ, ਕਰਦੇ ਆ ਭਾਲ ਲੱਗੇ। ਅੱਛਾ ਜੀ, ਉੱਥੇ ਰੁਕੋ ਪਾਰਕਿੰਗ। ਤਾਂ ਪਤਾ ਲੱਗਿਆ ਕਿ ਜਿਹੜੇ ਬੱਚਾ ਪਾਰਕਿੰਗ ਵਾਲੀ ਜਗ੍ਹਾ ਜਿਹੜੇ ਕੈਮਰੇ ਉਹ ਚੱਲਦੇ ਨਹੀਂ, ਉਹਦਾ ਕੀ ਮਾਮਲਾ ਹੈ? ਕਿਹੜਾ ਸਰ? ਕਿ ਪਾਰਕਿੰਗ ਵਾਲੀ ਜਗ੍ਹਾ ਦੇ ਕੈਮਰੇ ਨਹੀਂ ਚੱਲਦੇ, ਇਹਦਾ ਕੁਝ ਹੋਇਆ ਹੈ? ਕੋਈ ਮਾਮਲਾ ਸਾਹਮਣੇ ਆਇਆ? ਪਾਰਕਿੰਗ ਦੇ ਕੈਮਰੇ ਸ਼ੁਰੂ ਤੋਂ ਹੀ ਨਹੀਂ ਚੱਲਦੇ ਪਏ ਆ, ਠੀਕ ਹੈ। ਬਾਕੀ ਜਿਹੜੇ ਆਪਣੇ ਨਗਰ ਨਿਗਮ ਦੇ ਪਾਰਕਿੰਗ ਦੇ ਹੈਗੇ ਆ, ਉਹ ਚੱਲਦੇ ਪਏ ਸਾਰੇ ਕੈਮਰੇ ਸਰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।